ਯੂਸਲ ਦੇ ਕੰਦੇ ਆਪਾਂ ਰੈਂਡਮਲੀ ਮਿਲ ਪਏ। ਮੈਂ ਵੀ ਉੱਠ ਗਿਆ 7 ਵਜੇ ਪਰ ਉੱਠ ਕੇ ਫੇਰ ਪੈ ਗਿਆ ਹਾਂ। ਟਾਈਮ ਨਾ ਤਾਂ ਨਾ ਉਸ ਵਾਰ ਲੱਗਿਆ ਮੈਨੂੰ। ਹਾਂਜੀ ਚੱਕ ਮੈਂ ਕਿਹਾ ਨਹੀਂ ਕੁਲਚੇ ਨਹੀਂ ਖਾਣੇ। ਫਿਲਮ ਦੇਰ ਕਾ ਵੀ ਕਹਿਣ ਲੱਗ ਰਹੀ ਆ। ਤੈਨੂੰ ਮੈਂ ਕਿਹਾ ਜੀ ਬੜੀ ਸਹੀ ਲੱਗਣ ਦੀ ਯਾਰ। ਫਿਲਮ ਬੜੀ ਘੈਂਟੀ ਯਾਰ। ਬਹੁਤੀ ਮਿੱਤਰ ਵਧੀਆ ਫਿਲਮ ਹੈ। ਇੱਕ ਤਾਂ ਟੀਨ ਹੀ ਨਹੀਂ ਬੰਦ ਹੋਣ ਦੀ। ਮੇਲੇ ਤਿਆਰ ਚੱਲਣ ਡਿਆ ਨਾ। ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਤਾ ਸਭ ਤੇ ਹੋਰ ਕੀ ਚਾਹੀਦਾ ਭਰਾ। ਆਪ ਦੋ ਚ ਦੱਸਦੇ ਕੀ ਨਹੀਂ ਕਰਾਉਂਦਾ ਕੀ ਕਰੀ ਫਿਰਦਾ। ਗੁਰੂ ਘਰ ਮੱਥਾ ਟੇਕਣ ਆਇਆ। ਹਾਂਜੀ ਤੇਰਾ ਮਿੱਤਰੋ ਕਿਵੇਂ ਹੋ ਸਾਰੇ। ਇੱਕ ਵਾਰੀ ਫਿਰ ਤੋਂ ਸਵਾਗਤ ਹੈ ਤੁਹਾਡੇ ਸਾਡੇ ਯੂਟਿਊਬ ਗੇਮਲ ਚੈਨਲ ਵਿੱਚ। ਅੱਜ ਤੋਂ ਲਾ ਲਓ ਕਿ ਲਾਸਟ ਜਦੋਂ ਮੇਲਾ ਹੈ ਨਾ ਬਾਬਾ ਬੁੱਢਾ ਸਾਹਿਬ, ਮੈਂ ਉਦੋਂ ਆਇਆ ਹਾਂ ਅਤੇ ਹੁਣ ਮਤਲਬ ਚਾਨ ਚੱਕ ਕੀ ਯਾਰ ਦੋਸਤ ਮਿਲਿਆ। ਮੈਨੂੰ ਕਹਿੰਦਾ ਚੱਲ ਚੱਲਦੇ ਹਾਂ। ਕੋਈ ਪਲੈਨ ਨਹੀਂ ਸੀ, ਕੋਈ ਆਈਡੀਆ ਨਹੀਂ, ਘਰੋਂ ਆਪਾਂ ਅਚਾਨਕ ਨਿਕਲੇ ਜੂਸ ਪੀਣ ਨੂੰ ਅਤੇ ਜੂਸ ਵਾਲੇ ਦੁਕਾਨ 'ਤੇ ਆਪਾਂ ਰੈਂਡਮਲੀ ਮਿਲ ਪਏ ਅਤੇ ਫਿਰ ਆਪਾਂ ਕਿਹਾ ਚਲੋ ਮੱਥਾ ਟੇਕ ਉਹਨੇ ਬਾਬਾ ਬੁੱਢਾ ਸਾਹਿਬ। ਅਤੇ ਹੁਣ ਟਾਈਮ ਹੋ ਗਿਆ ਕਿੰਨਾ ਟਾਈਮ ਵੱਜ ਗਿਆ? ਇੱਕ ਤਾਂ ਟੀਨ ਹੀ ਨਹੀਂ ਬੰਦ ਹੋਣ ਦੀ। ਮੌਸਮ ਠੰਡਾ ਇੰਨਾ ਹੀ ਕਰਤਾ ਵਾ, ਸਵੇਰੇ ਸਵੇਰੇ ਘੱਟੋ ਘੱਟੀ ਕਰਤਾ ਵਾ, ਘੱਟੋ ਘੱਟੀ ਅੱਗੋਂ ਜਾਂਦੇ ਯਾਰ ਅਤੇ ਸਾਨੂੰ ਲਪੇੜ ਘੱਟਣਾ ਵਾ। ਚਲੋ ਟਾਈਮ ਹੋ ਗਿਆ ਸਵੇਰ ਦੇ 8 ਪੂਰੇ ਆ ਜਾ ਟਰੈਕਟਰ। ਹਾਂਜੀ ਮਿੱਤਰ ਯਾਰ ਆਪਾਂ ਸਲਾਹ ਬਣਾਈ ਸੀ ਕਿ ਸ਼ਹੀਦਾਂ ਸਾਹਿਬ ਗੋਦਾ ਸਾਹਿਬ ਮੱਥਾ ਟੇਕ ਚੱਲਾਂਗੇ। ਪਹਿਲਾਂ ਨੇ ਕਿਹਾ 7 ਵਜੇ, ਮੈਂ ਕਿਹਾ ਨਹੀਂ ਜ਼ਿਆਦਾ ਛੇਤੀ ਹੁੰਦੇ ਆ, 7:30-7:30 ਵਜੇ ਜਾਂਦੇ ਆ। ਕਿਹਾ ਮੈਂ ਸੱਚ ਕਹਾਂ ਨਾ, ਮੈਂ 7 ਵਜੇ ਉੱਠ ਗਿਆ ਹਾਂ। ਸਨਰਾਈਜ਼ ਹੋ ਹੀ ਗਿਆ ਯਾਰ, ਨੁਕਸਾਨ ਥੋੜਾ ਛੇਤੀ ਆਉਂਦੇ ਹੋਰ ਵਧੀਆ ਆਣਾ, ਠੰਡਾ ਮੌਸਮ ਮਿਲਣਾ ਸੀ। ਬਟ ਚਲੋ ਕੋਈ ਨੀ, ਦੇਖਦੇ ਹਾਂ ਗੁਰੂ ਘਰ ਮੱਥਾ ਤੇ ਆਪਾਂ ਸੋਚੇ ਅੱਜ ਕੁਲਚੇ ਖਾਵਾਂਗੇ। ਪਰ ਆਹ ਫੇਰ ਦੇਖ ਲਿਓ, ਫਿਰ ਇੱਕ ਡੇਢ ਕਿਲੋਮੀਟਰ ਵੱਖਰਾ ਰਾਹ ਚੱਲ ਗਏ ਆਪਾਂ ਜਾਣਾ ਸ਼ਹੀਦਾਂ ਸਾਹਿਬ ਦਾ ਦਰਬਾਰ ਸਾਹਿਬ।
ਘੁੰਮ ਘਮਾ ਕਹਿੰਦੇ ਯਾਰ ਹੁਣੀ ਅਲਫਾ ਆ ਗਏ ਟਾਈਮ ਪਾਸ ਕਰ ਟਾਈਮ ਪਾਸ ਕਰਨਾ ਟਾਈਮ ਪਾਸ ਕਰਨ ਨੂੰ ਵੀ ਅਲਫਾ ਆਏ ਵੇ ਪੂਰਾ ਖਾਲੀ ਯਾਰ ਉਸ ਟਾਈਮ ਸਾਰੀ ਪਾਰਕਿੰਗ ਬਸ ਆ ਕੁਛ ਕੁ ਮੋਟਰਸਾਈਕਲ ਲੱਗਿਆ ਉਹ ਵੀ ਮਨਾਂ ਤੁਹਾਡੇ ਅੰਦਰ ਕੰਮ ਕੁੰਮ ਕਰਦੇ ਨਾ ਨਹੀਂ ਨਹੀਂ ਉਹ ਜਿਹੜੇ ਕੰਮ ਕਰਦੇ ਹੋਣਗੇ ਨਾ ਪੱਕਾ ਉਹਨਾਂ ਦੇ ਹੋਣਗੇ ਆ ਜੋ ਵੀ ਐਕਟਿਵ ਮੋਟਰਸਾਈਕਲ ਆਪਣਾ ਕਹਿੰਦਾ ਇੰਨਾ ਵਿਹਲਾ ਕੋਈ ਨਹੀਂ ਤੜਕੇ 9 ਵਜੇ ਆਵੇ 9 ਵਜੇ ਨਾ ਵਿਖਾਇਓ 9 ਹੀ ਵਜੇ ਲੈ ਹਾਂ ਇਹ ਹਾਂ 10 ਕੁ ਮਿੰਟ ਤੇ ਬਸ ਬੋਲ ਗਏ ਅੰਕਲ ਜੀ ਹਾਂਜੀ ਚੈੱਕ ਕਰ ਲਓ ਮਹਾਰਾਜ ਚੈੱਕ ਕਹਿੰਦੇ ਵੀ ਸਿਰਫ ਮੂਵੀ ਦੇਖਣ ਵਾਲੇ ਜਾਣਗੇ ਆਪਾਂ ਕਿਹਾ ਅਸੀਂ ਫਿਲਮ ਦੇਖਣੀ ਆ ਕਹਿੰਦੇ ਕਿਹੜਾ ਸ਼ੋਅ ਆਪਾਂ ਕਿਹਾ ਜਾ ਕੇ ਦੇਖਦੇ ਕਿਹੜਾ ਦੇਖਣਾ ਐਵੇਂ ਕਹਿਤਾ ਕੁਛ ਵੀ ਨਹੀਂ ਖੁੱਲ੍ਹਾ ਯਾਰ ਇਸ ਟਾਈਮ ਤਾਂ ਜੇ ਬਸ ਗੁਰਬਾਣੀ ਚੱਲ ਰਹੀ ਆ ਪਾਠ ਚੱਲ ਰਿਹਾ ਬਾਬਾ ਜੀ ਦਾ ਕਿਹੜਾ ਸ਼ੋਅ ਦੇਖਣਾ ਸਰ ਐਪਲ ਦਾ ਯਾਰ ਇਮੈਜਿਨ ਦੇ ਮਿੱਤਰ ਸਟੋਰ ਆਏ ਹਾਂ ਅਤੇ ਇਮੈਜਿਨ ਬੰਦ ਆ ਅਤੇ ਆਪਾਂ ਸੋਚ ਰਹੇ ਸਾਹਮਣੇ ਆਈਫੋਨ 15 Pro ਚੱਲ ਰਹੇ ਆ ਆਪਾਂ ਤੋੜ ਕੇ ਤਾਂ ਲੈ ਕੇ ਭੱਜੀਏ ਆਹੋ ਉਹ ਕਹਿ ਰਿਹਾ ਵਾ ਕਿਉਂਕਿ ਸਕਰੀਨਾਂ ਵੀ ਆਉਣਾ ਨਾ ਹਾਂ ਇੱਕ ਪਿੱਛੇ ਵੀਡੀਓ ਵਾਇਰਲ ਹੋਈ ਨਾ ਕਿਤੇ ਫੋਰਨ 'ਚ ਆਈ ਤੁਹਾਨੂੰ ਫੋਰਨ 'ਤੇ ਸਿੱਧਾ ਹੀ ਉੱਥੇ ਆ ਬੂਹੇ ਪਾਏ ਵੀ ਨਹੀਂ ਹੈਗੇ ਇਹ ਸਿੱਧਾ ਹੀ ਭੱਜੇ ਚੱਲ ਆਹੋ ਐਡ ਕਰੂੰਗਾ ਵੇਖਿਓ ਕਰ ਲਿਆ ਯਾਰ ਅਸੀਂ ਬੜਾ ਟਾਈਮ ਪਾਸ ਕਰ ਲਿਆ ਬਹੁਤ ਜ਼ਿਆਦਾ ਥੱਕ ਗਏ ਦੱਸ ਨਹੀਂ ਸਕਦੇ ਕਿੰਨਾ ਟਾਈਮ ਪਾਸ ਕਰ ਲਿਆ 2-3 ਘੰਟੇ ਘੁੰਮ ਲਿਆ ਸਾਰਾ ਮੋਲ ਮੈਂ ਕਿਹਾ ਰੌਣਕ ਮੇਲਾ ਚੈੱਕ ਕਰੋ ਤੁਸੀਂ ਇੰਨਾ ਕੁ ਜ਼ਿਆਦਾ ਭਰਿਆ ਕਿ ਉੱਧਰ ਖਲੋਣ ਜਗ੍ਹਾ ਨਹੀਂ ਹੈਗੀ ਸਾਰੀ ਬਾਹਰ ਤੱਕ ਆਉਣ ਡੇ ਉੱਥੇ ਸਟੋਰਾਂ 'ਚ ਫਿਲਮ ਬੜੀ ਘੈਂਟ ਯਾਰ ਬਹੁਤੀ ਮਿੱਤਰ ਵਧੀਆ ਫਿਲਮ ਸੀ ਨਜ਼ਾਰਾ ਹੀ ਆ ਗਿਆ ਮੂਵੀ ਵੇਖ ਕੇ ਸਹੀ ਗੱਲ ਐਂਟੀ ਸ਼ੋਅ ਸੀ ਯਾਰ ਸਟਾਰਟਿੰਗ 'ਚ ਵੀ ਇੰਨੀ ਘੈਂਟ ਮਿਡ 'ਚ ਵੀ ਅਤੇ ਲਾਸਟ ਤੋਂ ਵੀ ਪੁੱਛੇ ਕੋਣਾ ਤੁਸੀਂ ਇਸ਼ਕੀ ਫਿਲਮ ਬੁਰੀ ਸਵੇਰੇ ਸਵੇਰੇ ਆਏ ਹੋ ਓਦਾਂ ਨਹੀਂ ਮਜ਼ਾ ਆਉਣਾ ਇੱਕ ਕੰਮ ਕਰ 200 ਰੁਪਏ ਦੇ ਔਰ 50 ਰੁਪਏ ਘੱਟ ਓਵਰ ਐਕਟਿੰਗ ਵਿੱਚ ਅਰੇ ਦੇਣਾ ਯਾਰ ਦੇਣਾ ਸਮਝਾ ਕਰ ਬਾਤ ਕੋ ਯਾਰ ਘੁੰਮ ਘਮਾਂਗੇ ਆਪਾਂ ਰਾਣੀ ਕਾ ਬਾਗ ਤੇ ਸਵੇਰੇ ਸਵੇਰੇ ਸ਼ੇਕ ਪੀਣ ਯਾਰ ਇੱਕ ਬਲੈਕ ਕਰੰਟ ਤੇ ਇੱਕ ਓਰੀਓ ਸ਼ੇਕ ਸਾਹਮਣੇ ਵਾਲੀਬਾਲ ਦਾ ਮੈਚ ਲੱਗਾ ਯਾਰ ਦੱਸ ਯਾਰ ਕੌਣ ਆਪਣੇ ਸਕੂਲ ਦੇ ਟਾਈਮ 'ਚ ਨਾ ਵਾਲੀਬਾਲ ਗੇਮ ਖੇਡਦਾ ਰਿਹਾ ਜਾਂ ਕੋਈ ਹੋਰ ਵੀ ਗੇਮ ਫੁੱਟਬਾਲ ਕ੍ਰਿਕਟ ਮੈਂ ਤਾਂ ਕਹਾਂ ਨਾ ਵਾਲੀਬਾਲ ਮੈਂ ਨਹੀਂ ਖੇਡੀ ਅਸੀਂ ਖੇਡੀ ਪਰ ਬਹੁਤ ਘੱਟ ਕ੍ਰਿਕਟ ਅਤੇ ਜਾਂ ਫੁੱਟਬਾਲ ਫੁੱਟਬਾਲ ਰੀ ਨਾ ਪੂਰੀ ਜਾਂ ਖੇਡੀ ਹੁੰਦੀ ਸੀ ਅਤੇ ਕ੍ਰਿਕਟ ਕਿਤੇ ਕਿਤੇ ਬੈਟ ਬੋਲ ਅਤੇ ਵਾਲੀਬਾਲ 'ਚ ਯਾਰ ਬਿਲਕੁਲ ਨਹੀਂ ਨਾ ਸ਼ਕਲ ਦੇ ਵਿਖਾਓ ਫਿਲਮ ਦੇ ਯਾਰ ਕਾਫੀ ਘੈਂਟ ਲੱਗ ਰਹੀ ਆ ਤੈਨੂੰ ਮੈਂ ਕਿਹਾ ਤੇ ਬੜੀ ਚੀਜ਼ ਘੈਂਟ ਆ ਕੌਣ ਕੌਣ ਓਰੀਓ ਦਾ ਨਾ ਵੀ ਦੱਸੇ ਚੋਕਲੇਟ ਦਾ ਮੈਨੂੰ ਚੋਕਲੇਟ ਬਹੁਤ ਘੱਟ ਹੈ ਬਣਾਉਂਦੇ ਆ ਉਹ ਹੀ ਮਿੱਠਾ ਪਸੰਦ ਆ ਚੋਕਲੇਟ ਦੀ ਆਪਕੇ ਨਸੀਬੇ ਤੇ ਜੇ 10 ਰੁਪਏ ਯੇ ਲੋ ਠੀਕ ਹੈ ਸਵਾਦ ਯਾਰ ਠੰਡਾ ਠੰਡਾ ਫਿਰ ਸਹੀ ਰਿਹਾ ਜੇ ਠੰਡਾ ਬਣਾਉਂਦਾ ਨਾ ਉਹ ਸਵਾਦ ਲੱਗਿਆ ਮੈਨੂੰ ਘੈਂਟ ਉਹ ਵੀ ਠੰਡਾ ਵਾ ਪੂਰੀ 800 ਭਰ ਜਾਣੀ ਟੈਂਕੀ ਦੀ ਥੋੜਾ ਬਹੁਤ ਕਿੰਨੇ ਭਰ ਜੰਗਲ ਟੈਂਕੀ ਦੀ 800 ਭਰ ਗਈ ਪੂਰਾ ਖਾਲੀ ਸੀ ਥੋੜਾ ਸਾ 850-900 ਮਤਲਬ ਸ਼ਾਮਾਂ ਦੇ ਮਿੱਤਰੋ ਕਿੰਨਾ ਟਾਈਮ ਹੋ ਗਿਆ 5:30-6 ਵੱਜ ਗਿਆ ਅਤੇ ਯਾਰ ਹੋਣੀ ਆਏ ਸੀ
ਯੂਨੀਵਰਸਿਟੀ ਬਸ ਇੱਦਾਂ ਹੀ ਘੁੰਮਣ ਫਿਰਨ ਸੈਰ ਸੂਰ ਕਰਨ ਕੀ ਯਾਰ ਸ਼ਾਮਾਂ ਟਾਈਮ ਦਾ ਮਾਹੌਲ ਜਿਹਾ ਹੁੰਦਾ ਨਾ ਸਾਹਮਣੇ ਗਰਾਊਂਡ 'ਚ ਹੁਣ ਆ ਪੂਰੀ ਵੱਡੀ ਗਰਾਊਂਡ ਹੈ ਇੱਕੋ ਪੂਰਾ ਟਰਨ ਲਾ ਕੇ ਨਾ ਅਤੇ ਹੁਣ ਆਪਾਂ ਇੱਕ ਅੱਧੀ ਮੈਗਾ ਗੱਡੀ 'ਤੇ ਗੇੜੀ ਗੁੜੀ ਲਾ ਕੇ ਅਤੇ ਬਾਕੀ ਦੇਖਦੇ ਹਾਂ ਕਿ ਜੇ ਕੁਛ ਖਾਣ ਪੀਣ ਨੂੰ ਹੈ ਵਾ ਨਹੀਂ ਤਾਂ ਫਿਰ ਘਰ ਨੂੰ ਵਾਪਸੀ ਚੱਲੇ ਜਾਵਾਂਗੇ ਕਿਉਂਕਿ ਆ ਸਵੇਰ ਦਾ ਗੁਰਦੁਆਰਿਓਂ ਆਣ ਕੇ ਨਾ ਸਿੱਧਾ ਬਸ ਇੱਥੇ ਬੈਠੇ ਹਾਂ ਮਤਲਬ ਇੱਦਾਂ ਹੀ ਘਰ ਰੈਸਟ ਰੁਸਟ ਕੀਤੀ ਤੜਕੇ ਉੱਠਿਆ ਪਰ ਸੁੱਤਾ ਨਹੀਂ ਬਸ ਵਲੋਗ ਵਗੈਰਾ ਐਡਿਟ ਕੀਤੇ ਆ ਜਿਹੜੇ ਕਿ ਤੁਹਾਨੂੰ ਕਿਹਾ ਨਾ 40 ਦਿਨ 40 ਵਲੋਗ ਆਉਣਗੇ ਉਹ ਪੁਰਾਣੇ ਪੁਰਾਣੇ ਗਾਣੇ ਨਵੇਂ ਲਾਓ ਨਾਲ ਮੰਤਾਜ ਆ ਨਾਲ ਪਾਪਾ ਆ ਉਹ ਸੈਰ ਕਰ ਰਿਹਾ ਮੈਂ ਕਿਹਾ ਯਾਰ ਬਸ ਮੇਰਾ ਢਿੱਡ ਵੀ ਲੱਭ ਪਿਆ ਤੁਸੀਂ ਕਰੋ ਅਤੇ ਮੈਂ ਕਿਹਾ ਯਾਰ ਉਹਨੀ ਤਾਂ ਕਰਦੇ ਸੈਰ Thank you.